ਸਾਡੀ ਪਾਰਟੀ ਜੇ ਨਹੀਂ ਆ ਰਹੇ ਤਾਂ ਅਸੀਂ ਪੁੱਛੀਏ ਸਵਾਲ ਕਿਉਂਕਿ ਸਟੇਟ ਛੱਡ ਕੇ ਚਲੇ ਗਏ ਨੇ ਉਹ ਸਾਨੂੰ ਇਤਰਾਜ਼ ਹੋ ਸਕਦਾ ਸਾਡੇ ਛੱਲੇ ਦੀ ਗੱਲ ਕਰਦੇ ਉਹਨਾਂ ਦੀ ਵੀਡੀਓ ਦੀ ਨਹੀਂ ਗੱਲ ਕਰਦੇ ਬੱਲੇ ਉਹ ਤੁਹਾਡੇ ਕੇਜਰੀਵਾਲ ਸਾਹਿਬ ਦੇ ਮਨ 'ਚ ਇਹ ਹੈ ਕਿ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੁਣ ਇਸ ਦੇਸ਼ ਦਾ ਨਿਰਮਾਤਾ ਰਹਾਂਗਾ ਮੈਂ ਹੁਣ ਦੇਸ਼ ਦੀ ਗੱਲ ਕਰਾਂਗਾ ਜਾਂ ਮੇਰੇ ਮਗਰ ਲੱਗੋ ਤਾਂ ਮੇਰੇ ਖਿਆਲ ਇਹ ਗੱਲ ਤਾਂ ਨਹੀਂ ਹੋ ਸਕਦੀ ਲੇਕਿਨ ਰਾਸ਼ਟਰ ਮਿਸ਼ਨ ਬਾਰੇ ਉਹ ਚਾਨਣ ਪਾ ਦੇਣ ਕਿ ਰਾਸ਼ਟਰ ਮਿਸ਼ਨ ਹੈ ਕੋਈ ਛੁਪ ਕੇ ਤਾਂ ਰੱਖਿਆ ਨਹੀਂ ਗਿਆ ਅੰਸਾਰੀ ਨੂੰ ਰੱਖਿਆ ਗਿਆ ਤਾਂ ਕੋਈ ਬਈ ਔਨ ਰਿਕਾਰਡ ਔਨ ਸਿਸਟਮ ਬੇਸਿਸ ਰੱਖਿਆ ਗਿਆ ਹੋਣਾ ਔਰ ਜਦੋਂ ਉੱਤਰ ਪ੍ਰਦੇਸ਼ ਨੇ ਬੁਲਾ ਲਿਆ ਤਾਂ ਫਿਰ ਮੇਰਾ ਕਦੋਂ ਚਲੇ ਗਏ ਅੱਜ ਸੰਦੀਪ ਜਾਖੜ ਦੇ ਘਰ ਦੇ ਉੱਤੇ ਬੀਜੇਪੀ ਦਾ ਝੰਡਾ ਲੱਗਾ ਉਹਨਾਂ ਦੀ ਅਖਬਾਰ 'ਚ ਬਿਆਨ ਲੱਗਿਆ ਹਰ ਘਰ ਪੇ ਤਿਰੰਗਾ ਇੱਕ ਸਕਿੰਟ ਦਾ ਕੰਮ ਹੈ ਮੈਨੂੰ ਕੋਈ ਇਹ ਨਹੀਂ ਕਿ ਮੈਨੂੰ ਕਿਸੇ ਨੇ ਬੰਨ ਰੱਖਿਆ ਤਾਂ ਮੈਂ ਕਿਸੇ ਨੂੰ ਕੱਢ ਨਹੀਂ ਸਕਦਾ ਬਿਲਕੁਲ ਪੰਜਾਬ ਦਾ ਪ੍ਰਧਾਨ ਹੈ ਦੋ ਮਿੰਟਾਂ 'ਚ ਕੱਢ ਸਕਦੇ ਔਰ ਜਿੱਦੇ ਸਮਾਂ ਆਇਆ ਉਹਦੇ ਕੱਢ ਵੀ ਦੇਣਾ ਅੱਜ ਅਸੀਂ ਸਮੁੱਚੀ ਪੰਜਾਬ ਕਾਂਗਰਸ ਪੰਜਾਬ ਯੂਥ ਕਾਂਗਰਸ ਤਮਾਮ ਸਾਥੀ ਇੱਕ ਨੌਜਵਾਨ ਸਾਥੀ ਨੂੰ ਜ਼ਿੰਮੇਵਾਰੀ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੀ ਲੋੜ ਸੀ ਇਹੋ ਜਿਹੇ ਨੌਜਵਾਨ ਸਾਥੀ ਜਿਨ੍ਹਾਂ ਦਾ ਪਿਛੋਕੜ ਵੀ ਰਾਜਨੀਤਿਕ ਨਹੀਂ ਹੈ ਔਰ ਹਮੇਸ਼ਾ ਰਾਹੁਲ ਗਾਂਧੀ ਦੀ ਸੋਚ ਰਹੀ ਹੈ ਕਿ ਆਮ ਲੋਕਾਂ ਨੂੰ ਆਮ ਲੋਕਾਂ ਦੇ ਬੱਚਿਆਂ ਨੂੰ ਅਸੀਂ ਉਹਨਾਂ ਵਾਸਤੇ ਰਾਜਨੀਤੀ ਦੇ ਵਿੱਚ ਦਰਵਾਜ਼ੇ ਖੋਲ੍ਹੀਏ ਉਹ ਅੱਗੇ ਆਉਣ ਤਾਂ ਜੋ ਆਮ ਲੋਕਾਂ ਦੀਆਂ ਤਕਲੀਫਾਂ ਨੂੰ ਵਧੇਰੇ ਜਾਣਦੇ ਹੋਏ ਉਹ ਆਮ ਲੋਕਾਂ ਦੀ ਲੜਾਈ ਲੜਨ ਸੋ ਮੈਂ ਸਮਝਦਾ ਕਿ ਅੱਜ ਅਸੀਂ ਆਪਦੇ ਇਸ ਛੋਟੇ ਭਰਾ ਨੂੰ ਆਫਿਸ ਦਾ ਜਿਹੜਾ ਉਹਨਾਂ ਨੇ ਚਾਰਜ ਸੰਭਾਲਣਾ ਸੀ ਅੱਜ ਉਸ ਮੌਕੇ 'ਤੇ ਅੱਜ ਅਸੀਂ ਇਕੱਠੇ ਹੋਏ ਹਾਂ ਔਰ ਮੁਬਾਰਕਬਾਦ ਦਿੰਦੇ ਹਾਂ ਸਮੁੱਚੀ ਕਾਂਗਰਸ ਔਰ ਹਮੇਸ਼ਾ ਇਹਦੇ ਨਾਲ ਖੜ੍ਹੇ ਰਵਾਂਗੇ ਔਰ ਆਸ ਕਰਦੇ ਹਾਂ ਕਿ ਇਹ NSUI ਪੰਜਾਬ ਨੂੰ ਬੁਲੰਦੀਆਂ 'ਤੇ ਲੈ ਕੇ ਜਾਏਗਾ ਅਰਵਿੰਦ ਕੇਜਰੀਵਾਲ ਕਿਹਦੇ ਨਾਲ ਕਿਹਦੇ ਨਾਲ ਜੁੜੋ ਰਾਸ਼ਟਰ ਮਿਸ਼ਨ ਕੀ ਹੈ ਕੇਜਰੀਵਾਲ ਸਾਹਿਬ ਦਾ ਆਈਦਰ ਉਹ ਇਹ ਦੱਸਣ ਡਿਫਾਈਨ ਕਰਨ ਕਿ ਰਾਸ਼ਟਰ ਮਿਸ਼ਨ ਹੈ ਕੀ ਜਦੋਂ ਵੀ ਰਾਸ਼ਟਰ ਮਿਸ਼ਨ ਦੀ ਗੱਲ ਹੈ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਦੇਸ਼ ਨੂੰ ਪਿਆਰ ਕਰਦਾ ਹੈ ਦੇਸ਼ ਦੇ ਤਿਰੰਗੇ ਨੂੰ ਪਿਆਰ ਕਰਦਾ ਹੈ ਔਰ ਦੇਸ਼ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਹੈ ਉਹ ਰਾਸ਼ਟਰ ਮਿਸ਼ਨ ਅਗਰ ਆਪਦਾ ਦੱਸਣਗੇ ਤਾਂ ਫਿਰ ਪਤਾ ਲੱਗ ਸਕਦਾ ਕਿ ਰਾਸ਼ਟਰ ਮਿਸ਼ਨ ਕੀ ਹੈ ਜੇ ਮਿਸ਼ਨ ਹੀ ਇਹ ਹੈ ਕਿ ਮੇਰੀ ਵਿਚਾਰਧਾਰਾ ਨਾਲ ਜੁੜੋ ਕੇਜਰੀਵਾਲ ਸਾਹਿਬ ਦੇ ਮਨ 'ਚ ਇਹ ਹੈ ਕਿ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੁਣ ਇਸ ਦੇਸ਼ ਦਾ ਨਿਰਮਾਤਾ ਰਹਾਂਗਾ ਮੈਂ ਹੁਣ ਦੇਸ਼ ਦੀ ਗੱਲ ਕਰਾਂਗਾ ਜਾਂ ਮੇਰੇ ਮਗਰ ਲੱਗੋ ਤਾਂ ਮੇਰੇ ਖਿਆਲ ਇਹ ਗੱਲ ਤਾਂ ਨਹੀਂ ਹੋ ਸਕਦੀ ਲੇਕਿਨ ਰਾਸ਼ਟਰ ਮਿਸ਼ਨ ਬਾਰੇ ਉਹ ਚਾਨਣ ਪਾ ਦੇਣ ਕਿ ਰਾਸ਼ਟਰ ਮਿਸ਼ਨ ਹੈ ਕੀ ਬੜਿੰਗ ਸਾਹਿਬ ਚਰਨਜੀਤ ਨੇ ਗੱਲ ਕੀਤੀ ਹੈ ਕਿ ਕਾਂਗਰਸ ਦੇ ਕੋਲੋਂ ਗਲਤੀਆਂ ਹੋਈਆਂ ਹੋਣਗੀਆਂ ਤੇ ਜਿਹੜੀ ਅਨਸਾਰੀ ਦੀ ਗੱਲ ਆ ਰਹੀ ਆ ਮੈਂ ਕਿਹਾ ਹੀ ਨਹੀਂ ਕਾਂਗਰਸ ਤੋਂ ਗਲਤੀਆਂ ਹੋਈਆਂ ਹੋਣੀਆਂ ਤੁਸੀਂ ਆਪ ਹੀ ਮਨ 'ਚ ਬਣਾ ਲੈਂਦੇ ਹੋ ਮੈਂ ਕਿਹਾ ਪੋਲੀਟੀਕਲ ਰਾਜਨੀਤਿਕ ਲੋਕਾਂ ਤੋਂ ਹੋ ਸਕਦਾ ਹੈ ਗਲਤੀਆਂ ਹੋਈਆਂ ਹੋਣ ਇਸ ਕਰਕੇ ਨੌਜਵਾਨਾਂ ਦਾ ਗੁੱਸਾ ਉਹਨਾਂ ਦੇ ਵਾਸਤੇ ਹੋਵੇ ਮੈਨੂੰ ਪਤਾ ਨਹੀਂ ਯਾਰ ਵੀ ਕਿਸ ਬਿਹਾਫ ਤੇ ਪਰ ਲੇਕਿਨ ਮੈਨੂੰ ਜਿੰਨਾ ਕੁ ਸਮਝ ਹੈ ਜਿੰਨਾ ਕੁ ਮੇਰੇ ਕੋਲ ਜਾਣਕਾਰੀ ਹੈ ਹੋ ਸਕਦਾ ਮੇਰੀ ਜਾਣਕਾਰੀ 'ਚ ਮੇਰੇ ਕੋਲ ਪੂਰੀ ਜਾਣਕਾਰੀ ਨਾ ਹੋਵੇ ਲੇਕਿਨ ਜਿੰਨੀ ਕੁ ਮੈਨੂੰ ਇਤਲਾਹ ਹੈ ਉਹ ਇਹ ਹੈ ਕਿ ਅਨਸਾਰੀ ਸਾਹਿਬ ਤੇ ਪਰਚਾ ਹੋਇਆ ਸੀ ਮੁਕੱਦਮਾ ਦਰਜ ਹੋਇਆ ਸੀ ਉਸ ਮੁਕੱਦਮੇ ਦੇ ਤਹਿਤ ਉਹਨੂੰ ਪੰਜਾਬ ਸਰਕਾਰ ਨੇ ਲਿਆਂਦਾ ਗਿਆ ਔਰ ਮੁਕੱਦਮਾ ਕਿਹਨੇ ਕਰਾਇਆ ਸੀ ਮੈਨੂੰ ਇਹ ਜਾਣਕਾਰੀ ਹੈ ਕਿ ਜਿਹੜਾ ਕੁਲਵੰਤ ਸਿੰਘ ਨੇ ਕੁਲਵੰਤ ਮੇਰੇ ਖਿਆਲ ਕੁਲਵੰਤ ਜਿਹੜੇ JLP ਵਾਲੇ ਨੇ ਆਪ ਦੇ MLA ਮੋਹਾਲੀ ਉਹਨਾਂ ਵੱਲੋਂ FIR ਇੱਕ ਫਰੌਤੀ ਮੰਗਣ 'ਤੇ ਦਰਜ ਹੋਈ ਸੀ ਉਹਦੇ ਤਹਿਤ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਔਰ ਉਹਨੇ ਤਹਿਤ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਫਿਰ ਉਹਨਾਂ ਨੂੰ ਇੱਥੇ ਕਿਉਂ ਰੱਖਿਆ ਗਿਆ ਕਿੰਨਾ ਚਿਰ ਰੱਖਿਆ ਗਿਆ ਇਹ ਤਾਂ ਪੰਜਾਬ ਦਾ ADGP ਔਰ ਪੰਜਾਬ ਦਾ ਉਸ ਵੇਲੇ ਦਾ ਮੁੱਖ ਮੰਤਰੀ ਹੀ ਦੱਸ ਸਕਦਾ ਵੀ ਕਿਉਂ ਰੱਖਿਆ ਗਿਆ ਕਾਰਨ ਕੀ ਸੀ ਕੋਈ ਛੁਪ ਕੇ ਤਾਂ ਰੱਖਿਆ ਨਹੀਂ ਗਿਆ ਅਨਸਾਰੀ ਨੂੰ ਰੱਖਿਆ ਗਿਆ ਤਾਂ ਕੋਈ ਬਈ ਔਨ ਰਿਕਾਰਡ ਔਨ ਸਿਸਟਮ ਬੇਸਿਸ ਰੱਖਿਆ ਗਿਆ ਹੋਣਾ ਔਰ ਜਦੋਂ ਉੱਤਰ ਪ੍ਰਦੇਸ਼ ਨੇ ਬੁਲਾ ਲਿਆ ਤਾਂ ਫਿਰ ਮੇਰੇ ਕਦੋਂ ਚਲੇ ਗਏ ਬੜਿੰਗ ਸਾਹਿਬ ਆਮ ਆਦਮੀ ਪਾਰਟੀ ਦੇ MLA ਹਰਮੀਤ ਸਿੰਘ ਪਠਾਨਵਾਜਰਾ ਦਾ ਇੱਕ ਵਿਵਾਦ ਚੱਲ ਰਿਹਾ ਉਹਨਾਂ ਦੀ ਇੱਕ ਵਿਵਾਦ ਕਿਉਂ ਚੱਲ ਰਿਹਾ ਇੱਕ ਵੀਡੀਓ ਚੱਲ ਰਹੀ ਹੈ ਉਹਦੇ ਬਾਰੇ ਤਾਂ ਗੱਲ ਨਹੀਂ ਕਰਦੇ ਬਹੁਤ ਸਮਾਰਟ ਲੋਕ ਹੋ ਤੁਸੀਂ ਵੀ ਮੁੜ ਕੇ ਘੁਮਾ ਦਿਆਂਗੇ ਆਪਦੇ ਚੈਨਲ ਤੇ ਕਿ ਰਾਜਾ ਬੜਿੰਗ ਨੇ ਕਿਹਾ ਇੱਕ ਵੀਡੀਓ ਵੀ ਚੱਲ ਰਹੀ ਹੈ ਮੈਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਕੀ ਉਹ ਵੀਡੀਓ ਜਨਤਕ ਕਰੋਗੇ ਮੈਂ ਪੁੱਛਣਾ ਚਾਹੁੰਦਾ ਨਪਿੰਦਰ ਜੀ ਨਿਊਜ਼ 18 ਤੇ ਤੁਸੀਂ ਜੀ ਵਾਲਿਆਂ ਨੂੰ ਹੁਣ ਤੁਹਾਨੂੰ ਕੋਈ ਗੱਲ ਨਹੀਂ ਆਉਂਦੀ ਸਾਡੇ ਬਾਰੇ ਆਪਦੇ ਬਾਰੇ ਸਾਹਿਬ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਗੈਰ ਮੌਜੂਦਗੀ ਤੇ ਕਾਫੀ ਸਵਾਲ ਚੁੱਕ ਰਹੇ ਨੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਉਹ ਵਾਪਸ ਨਹੀਂ ਆਏ ਬਈ ਚੰਨੀ ਦਾ ਇਹਨਾਂ ਫਿਗਰ ਕੀ ਹੈ ਇਹਨਾਂ ਨੂੰ ਸਾਡੀ ਪਾਰਟੀ ਜੇ ਨਹੀਂ ਆ ਰਹੇ ਤਾਂ ਅਸੀਂ ਪੁੱਛੀਏ ਸਵਾਲ ਕਹਿੰਦੇ ਸਟੇਟ ਛੱਡ ਕੇ ਚਲੇ ਗਏ ਨੇ ਯਾਰ ਗੱਲ ਪੂਰੀ ਹੋ ਗਈ ਸਟੇਟ ਛੱਡੀ ਹੋਵੇ ਨਾ ਛੱਡੀ ਹੋਵੇ ਇਹਨਾਂ ਨੂੰ ਕੀ ਇਤਰਾਜ਼ ਹੈ ਉਹ ਸਾਨੂੰ ਇਤਰਾਜ਼ ਹੋ ਸਕਦਾ ਸਾਡੇ ਛੱਲੇ ਦੀ ਗੱਲ ਕਰਦੇ ਉਹਨਾਂ ਦੀ ਵੀਡੀਓ ਦੀ ਨਹੀਂ ਗੱਲ ਕਰਦੇ ਬੱਲੇ ਉਹ ਤੁਹਾਡੇ ਨਪਿੰਦਰ ਮੈਂ ਸਾਨੂੰ ਇਸ ਗੱਲ ਦਾ ਬਾਈ ਕੋਈ ਇਤਰਾਜ਼ ਨਹੀਂ ਭਾਵੇਂ
होर किसी ना करा लेन, बट आपका 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 काम आप नहीं जिठन। असी किसी के परिवारक काम च दखल नहीं देना चाहते, पर हाँ जितों तक औरतों के सम्मान की गल है, क्योंकि सरकार वार वार औरत के सम्मान की गल कर रहे हैं, नारी के सम्मान की गल कर रहे हैं, देश के प्रधानमंत्री ने भी नारी की गल की है। मैनू लगता कि सानू साडियां धीआं भैणों का इज्जत का ख्याल रखना चाहिए ते उन्हां दे सम्मान दा जरूर ख्याल रखना चाहिए। किते ना किते जदों किसे समाज दे अंदर इस तरह दियां गलतियां होण लग जाण कि असी सम्मान ही ना दे पाईए, उहदे नुकसान आउण वालियां पीढ़ियां नूं हुंदे। बाकी उन्हां दी आपदी निजी जिंदगी है, उह जो मर्जी। संदीप जाखड़ दा तुहाडे नाल कितने कितने, हांजी संदीप जाखड़ दा ते तुहाडे विच कितने कितने कोई बयानबाजी चल रही है? मेरे बयानबाजी कोई चल ही नहीं रही, मैं तां इह कह रहा हां कि आदरणीय मैं सत्कार करदा जाखड़ परिवार दा, पर उन्होंने घर के उत्ते बीजेपी का झंडा लहरा रहे हैं। अज संदीप जाखड़ के घर के उत्ते बीजेपी का झंडा लहरा रहे, उन्होंने अखबार च बयान लग्या हर घर पे तिरंगा। हर घर पे तिरंगा की जी मुहिम सी वो बीजेपी के देश के प्रधानमंत्री की मुहिम सी। मैं ये गल कही, और नीचे भी ये गल है कि आप कदे ना कदे बीजेपी शामिल होना ड्यू टू दैट लॉ, कि वो ये चाहते कि राजा वड़िंग सानू कढ़ दे। कढ़ने तो मेरा एक मिनट का काम है, एक सेकेंड का काम है, मैं कोई ये नहीं कहा कि मैंने किसी ने बंद रखे तो मैं किसी को कढ़ नहीं सकता। बिल्कुल पंजाब का प्रधान है, दो मिनटा च कढ़ सकदा, और जिदे समा आया उदे कढ़ भी देना। नॉट ओनली संदीप जाखड़, कोई भी व्यक्ति जिहड़ा पार्टी विरुद्ध गतिविधियां करेगा, मैं मारा नहीं प्रतीत बरनीत कौर नूं कदों दा कढ़ चुके हैं आदरणीय, तुसीं आपदे वारी वारी उस सवालों च फिर मैनूं घेरिया ना करो। महाराणी प्रनीत कौर शी इज़ नो मोर इन कांग्रेस पार्टी पंजाब, साडे पार्टी च नहीं है। और जितों तक ये गल है, मैं उन्होंने कह रखा कि तुसीं जिवें भजन लाल जी दे मुंडे ने कुलदीप बिश्नोई ने कांग्रेस पार्टी तो अलविदा कह के उन्होंने रिजाइन दे के दोबारा चुनाव लड़ रहे, हुण वो कहिंदे वी राजा वड़िंग मैनू कढ़ दे ते फिर मैनू चुनाव ना लड़ना पवे, वो आपदी सियासत खेड रहे। मैं क्या भाई हजे कढ़ना नहीं, तुसीं चुनाव लड़ो, अगर जरूरत है ਤੁਸੀਂ ਕਹੋ ਕਿ ਅਸੀਂ ਭਾਜਪਾ ਦਾ ਝੰਡਾ ਲਾ ਲਿਆ ਆ ਪਈ, ਅਸੀਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਸਾਂ। ਤੁਸੀਂ ਉਹਨੂੰ ਕਾਂਗਰਸੀ ਮੰਨਦੇ ਹੋ, ਉਹਨੂੰ ਕਾਂਗਰਸੀ ਵਿਧਾਇਕ ਮੰਨਦੇ ਹੋ? ਮੈਂ ਤੁਹਾਨੂੰ ਕਹਿ ਰਿਹਾ ਕੁਝ ਐਸੀਆਂ ਗੱਲਾਂ ਜਿਹਦੇ ਕਰਕੇ ਕਾਨੂੰਨੀ ਅੜਚਣਾ, ਉਹ ਮੈਂ ਗੱਲ ਤੁਹਾਡੇ ਮੰਚ ਤੇ ਮਾਈਕ ਤੇ ਨਹੀਂ ਕਹਿ ਸਕਦਾ। ਜੇ ਉਹਨਾਂ ਨੂੰ ਕਾਂਗਰਸ ਪਾਰਟੀ ਜਿਹਨੂੰ ਉਹਨਾਂ ਨੇ ਝੰਡਾ ਹੀ ਬੀਜੇਪੀ ਦਾ ਲਾ ਲਿਆ, ਤੇ ਹੁਣ ਫਿਰ ਕਾਂਗਰਸ ਪਾਰਟੀ ਦੀ ਗੱਲ ਉਹਨੂੰ ਛੱਡਣ ਤੇ ਦੁਬਾਰਾ ਚੋਣਾਂ ਲਾਉਣ, ਤੇ ਉਹਨਾਂ ਨੂੰ ਪੁੱਛ ਲਓ, ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਭਾਜਪਾ ਜੀ ਹੋ ਕਿ ਕਾਂਗਰਸ 'ਚ ਹੋ, ਤੁਸੀਂ ਪੁੱਛ ਲਓ। ਉਹਦਾ ਕਹਿੰਦੇ ਰਾਜਾ ਵੜਿੰਗ ਕੱਢਦੇ, ਹਾਂਜੀ ਚਲੋ ਛੱਡੋ ਜੀ, ਉਹ ਮੇਰੇ ਮੈਂ ਕਿਸੇ ਜਿਹੜਾ ਵਿਅਕਤੀ ਬੀਜੇਪੀ ਦੀ ਵਿਚਾਰਧਾਰਾ ਨਾਲ ਕੰਮ ਕਰੇਗਾ ਉਹਦੇ ਨਾਲ ਬਿਲਕੁਲ ਨਹੀਂ ਗੱਲ ਕਰਾਂਗਾ। ਔਰ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਪੱਤਰਕਾਰ ਸਾਥੀਆਂ ਨੂੰ, ਜਿਸ ਕਰੇ ਜਿਨ੍ਹਾਂ ਨੇ ਅਮਿਤ ਸ਼ਾਹ ਜੀ ਨੂੰ ਖਰੋਟੀ ਦਿੱਤੀ ਹੋਵੇ ਤੇ ਭਾਜਪਾ ਦਾ ਝੰਡਾ ਲਹਿਰਾ ਲਿਆ ਹੋਵੇ, ਉਹ ਇਹ ਹੁਣ ਗੱਲ ਕਰਨ ਵੀ ਮੈਂ ਕਾਂਗਰਸੀ ਹਾਂ, ਇਹ ਕੋਈ ਗੱਲ ਜੱਜ ਦੀ ਹੈ? ਵੀਰਿੰਦਰ ਜੀ ਜਵਾਬ ਦੇ ਦੇਣਗੇ। ਸਰਕਾਰ ਦੇ 5 ਮਹੀਨੇ ਦਾ ਰਿਪੋਰਟ ਕਾਰਡ 5 ਮੰਤਰੀਆਂ ਨੇ ਦਿੱਤਾ ਜੀ, ਕਈ ਦਾਅਵੇ ਕੀਤੇ ਗਏ। ਇੱਕ ਦੋ ਦਿਨਾਂ ਦੇ ਵਿੱਚ ਅਸੀਂ ਵੀ ਤੁਹਾਨੂੰ ਉਹਨਾਂ ਦੇ ਤਮਾਮ ਜਿਹੜੇ ਅੰਕੜੇ ਉਹਨਾਂ ਨੇ ਸਰਕਾਰ ਨੇ ਦਿੱਤੇ, 5 ਮੰਤਰੀਆਂ ਨੇ ਜਿਹੜੇ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਦੀ ਗੱਲ ਕੀਤੀ ਹੈ ਤੇ ਲੋਕਾਂ ਨੂੰ ਸਭ ਜਵਾਬ ਦਿਖਾਏ ਨੇ, ਉਹ ਸਾਰਿਆਂ ਦਾ ਜਿਹੜਾ ਹੈਗੀ ਕਹਾਣੀ ਪੂਰੀ ਪਿਕਚਰ ਹੈ ਜਿਹੜੀ, ਉਹ 2-3 ਦਿਨਾਂ ਨੂੰ ਤੁਹਾਨੂੰ ਪ੍ਰੈਸ ਕਾਨਫਰੰਸ ਰਹੇ। ਹਿਮਾਚਲ 'ਚ ਕਹਿ ਰਹੇ ਨੇ ਕਿ ਦਿੱਲੀ ਦਾ ਤੇ ਪੰਜਾਬ ਦਾ ਮਾਡਲ ਪੇਸ਼ ਕਰਨੇ ਭਗਵੰਤ ਮਾਨ ਉੱਤੇ ਜਾ ਚੁੱਕੇ ਨੇ, ਤੇ ਆਉਣ ਵਾਲੇ ਸਮੇਂ 'ਚ ਹਿਮਾਚਲ 'ਚ ਵੀ ਆਮ ਆਦਮੀ ਪਾਰਟੀ ਸਰਕਾਰ ਹੋਣੀ ਸੀ। ਹਾਂ ਤੇ ਕੋਈ ਦਿੱਕਤ ਨਹੀਂ ਹੈ ਸਾਨੂੰ ਕਿਧਰ ਆ ਜਾ, ਭਾਵੇਂ ਹਿਮਾਚਲ ਤੁਰੇ ਫਿਰ ਅਰੁਣਾਚਲ ਤੁਰੇ ਫਿਰ, ਸਾਨੂੰ ਤਾਂ ਪੰਜਾਬ ਨਾਲ ਗੱਲ ਹੈ। ਸੋ ਜਿਹੜਾ ਮਾਡਲ ਮੂਡਲ ਲੋਕਾਂ ਨੇ ਵੇਖ ਲਿਆ, ਸੰਗਰੂਰ ਮਾਡਲ ਵੀ ਇੱਕ, ਤੇ ਆ ਕਿਹੜਾ ਜਿਹੜਾ ਦੂਜਾ ਮਾਡਲ ਆ ਅੱਜ ਵਾਲਾ ਹੈ, ਪਠਾਨ ਮਾਡਲ ਵੀ ਆਪਾਂ ਇਹ ਵੀ ਅਪਣਾ ਲੈਣ, ਉੱਥੇ ਸਾਨੂੰ ਕਿੱਧਰ ਆ ਜਾਣ, ਮਾਡਲ ਹੀ ਮਾਡਲ ਹੈ ਬਾਈ ਚੰਨੀ ਦਾ ਇੰਨਾ ਫਿਕਰ।